ਦੇ ਨਾਲ ਪਹੁੰਚੇ ਸਾਰੀ ਉਹਨਾਂ ਦੀ ਟੀਮ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਹੀ ਟਕਸਾਲੀ ਪਰਿਵਾਰ ਤੇ ਵਫਾਦਾਰ ਪਰਿਵਾਰ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਐਨ ਕੇ ਸ਼ਰਮਾ ਜਿਹੜੇ ਪੰਜਾਬ ਦੇ ਵਪਾਰ ਤੇ ਟ੍ਰੇਡ ਵਿੰਗ ਦੇ ਪ੍ਰਧਾਨ ਨੇ ਇੰਡਸਟਰੀ ਦੇ ਪ੍ਰਧਾਨ ਨੇ ਉਹਨਾਂ ਨੇ ਰਵਿੰਦਰਪਾਲ ਜੀ ਪ੍ਰਿੰਸ ਲਾਂਬਾ ਜੀ ਨੂੰ ਅੱਜ ਪਟਿਆਲੇ ਸ਼ਹਿਰ ਦਾ ਜਿਹੜਾ ਵਪਾਰ ਦਾ ਤੇ ਟ੍ਰੇਡ ਵਿੰਗ ਦਾ ਪ੍ਰਧਾਨ ਥਾਪਿਆ ਇਸ ਗੱਲ ਲਈ ਮੈਂ ਇਹਨਾਂ ਨੂੰ ਇੱਥੇ ਵਧਾਈ ਦੇਣ ਆਇਆ ਔਰ ਬੜੀ ਖੁਸ਼ੀ ਹੁੰਦੀ ਹੈ ਜਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨਿਭਾਉਂਦੇ ਆ ਰਹੇ ਨੇ ਉਹ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਮਾਣ ਸਤਿਕਾਰ ਮਿਲਦਾ ਸੋ ਇਸ ਗੱਲ ਲਈ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਦਾ ਔਰ ਸ਼੍ਰੀ ਐਨ ਕੇ ਸ਼ਰਮਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਜਿਹੜਾ ਬੜੇ ਲੰਬੇ ਸਮੇਂ ਤੋਂ ਇਹਨਾਂ ਦੇ ਵੱਡੇ ਭਰਾ ਡਿਕਸੀ ਜੀ ਲੰਬੇ ਸਮੇਂ ਤੋਂ ਐਮਸੀ ਬਣ ਕੇ ਕਾਰਪੋਰੇਸ਼ਨ 'ਚ ਸੇਵਾ ਨਿਭਾਉਂਦੇ ਰਹੇ ਔਰ ਮੁੜ ਕੇ ਉਸ ਉਹਨਾਂ ਦੀ ਡੈਥ ਤੋਂ ਬਾਅਦ ਜੋ ਪ੍ਰਿੰਸ ਲਾਂਬਾ ਜੀ ਨੇ ਪਟਿਆਲੇ ਸ਼ਹਿਰ 'ਚ ਵਪਾਰੀਆਂ ਦਾ ਹੱਥ ਫੜਿਆ ਖਾਸ ਕਰਕੇ ਕਰੋਨਾ ਕਾਲ 'ਚ ਜਿਹੜੀਆਂ ਮੁਸੀਬਤਾਂ ਵਪਾਰੀ ਇਹਨਾਂ ਕੋਲ ਲੈ ਕੇ ਆਉਂਦੇ ਰਹੇ ਉਹਨਾਂ ਨੂੰ ਮੈਂ ਚਾਹੇ ਡੀਸੀ ਸਾਹਿਬ ਕੋਲ ਚਾਹੇ ਕਿਤੇ ਹੋਰ ਲਿਜਾ ਕੇ ਹਰ ਪਲੇਟਫਾਰਮ 'ਤੇ ਉਠਾ ਕੇ ਉਹਨਾਂ ਦੀ ਮਦਦ ਕਰਦੇ ਰਹੇ ਸੋ ਪਰਮਾਤਮਾ ਅੱਗੇ ਅਰਦਾਸ ਵੀ ਹੈ ਪ੍ਰਿੰਸ ਲਾਂਬਾ ਜੀ ਵਰਗੇ ਨੌਜਵਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਨੇ ਇਹ ਦਿਨ ਰਾਤ ਮੈਂ ਸਮਝਦਾ ਪਟਿਆਲੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਦੇ ਰਹਿਣਗੇ ਇਸ ਗੱਲ ਦੀ ਮੈਨੂੰ ਪੂਰੀ ਉਮੀਦ ਹੈ ਕਿਸੇ ਤਰ੍ਹਾਂ ਦੀ ਧੜੇਬੰਦੀ ਨਹੀਂ ਜੇ ਅਸੀਂ ਗੱਲ ਕਰ ਲਈਏ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਸੀਂ ਉਹ ਗੱਲ ਨਹੀਂ ਕਰਨਾ ਚਾਹੁੰਦੇ ਜਿਹੜਾ ਵਪਾਰ ਮੰਡਲ ਹੈ ਇਹ ਵਿਚਾਰਾ ਵਪਾਰੀ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ 4.5 ਸਾਲ ਤੋਂ ਤਾਂ ਕਾਂਗਰਸ ਤੋਂ ਇਹ ਮਿਸ ਰੂਲ ਤੋਂ ਕਾਂਗਰਸ ਦੀ ਖਾਸ ਕਰਕੇ ਕਰੋਨਾ ਕਾਲ 'ਚ ਤੁਸੀਂ ਦੇਖਿਆ ਹੋਣਾ ਕਿਸੇ ਟਾਈਮ ਡੀਸੀ ਕੋਈ ਸਟੇਟਮੈਂਟ ਦੇ ਦਿੰਦਾ ਸੀ ਕਿਹੜੀਆਂ ਦੁਕਾਨਾਂ ਬੰਦ ਰਹਿਣਗੀਆਂ ਕਿਹੜੀਆਂ ਖੁੱਲ੍ਹਣਗੀਆਂ ਭੰਬਲ ਭੁੱਸੇ 'ਚ ਰਹੇ ਨੇ ਜਿੱਥੇ ਉਹਨਾਂ ਨੂੰ ਕਰੋਨਾ ਦੀ ਮਾਰ ਰਹੀ ਹੈ ਉੱਥੇ ਆਰਥਿਕ ਮਾਰ ਬੜੀ ਵੱਡੀ ਵੱਜੀ ਹੈ ਔਰ ਸਭ ਨਾਲੋਂ ਵੱਡੀ ਮਾਰ ਇਹਨਾਂ ਨੂੰ ਪ੍ਰਸ਼ਾਸਨ ਦੀ ਵੱਜੀ ਹੈ ਵਪਾਰੀਆਂ ਦੀ ਇਸ ਗੱਲ ਦਾ ਮੈਂ ਇਹਨਾਂ ਨੂੰ ਜਵਾਬ ਦੇਣਾ ਹਰ ਤਰ੍ਹਾਂ ਨਾਲ ਇਹਨਾਂ ਦੇ ਨਾਲ ਖੜੇ ਹਾਂ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਸਾਰੇ ਹੀ ਲਾਂਭੇ ਇਹਨਾਂ ਦੇ ਚਾਹੇ ਜਿਹੜੇ ਬੰਦ ਰਹੇ ਦੁਕਾਨਾਂ ਦੇ ਬਿਜਲੀ ਦੇ ਬਿੱਲ ਆਏ ਨੇ ਚਾਹੇ ਹੋਰ ਵੀ ਸਮੱਸਿਆਵਾਂ ਨੇ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ 2022 'ਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੋਂ ਪਹਿਲ ਦੇ ਆਧਾਰ 'ਤੇ ਕਰਾ ਕੇ ਦੇਵਾਂਗੇ ਦੇਖੋ ਤੁਹਾਡੇ ਚੈਨਲਾਂ ਦੇ ਥਰੂ ਇਸ ਗੱਲ 'ਚ ਕੋਈ ਮਜ਼ਾਕ ਨਹੀਂ ਹੈਗਾ ਕਿਸਾਨ ਸੰਯੁਕਤ ਮੋਰਚਾ ਨੇ ਕਲੀਅਰ ਕੱਟ ਬਾਰ ਬਾਰ ਉਹਨਾਂ ਦੇ ਪ੍ਰਧਾਨ ਸਾਹਿਬਾਨਾਂ ਦੀ ਉਹਨਾਂ ਦੀ ਕਮੇਟੀ ਦੀ ਬਾਰ ਬਾਰ ਸਟੇਟਮੈਂਟਾਂ ਆ ਰਹੀਆਂ ਇਕੱਲੇ ਤੇ ਇਕੱਲੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਕਿਸੇ ਹੋਰ ਪਾਰਟੀ ਦਾ ਵਿਰੋਧ ਨਹੀਂ ਕਰਨਾ ਕੱਲ੍ਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਜੇ ਮੋਗੇ ਵਿਰੋਧ ਹੋਇਆ ਤਾਂ ਕੁਛ ਕਾਂਗਰਸ ਦੇ ਅਤੇ ਕੁਛ ਆ ਝਾੜੂ ਵਾਲੀ ਪਾਰਟੀ ਦੇ ਬੰਦੇ ਸੀਗੇ ਔਰ ਇਸ ਗੱਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਜਿਹੜੀ 100 ਦਿਨਾਂ ਦੀ ਹਨੇਰੀ ਚੱਲੀ ਹੋਈ ਹੈ ਪੰਜਾਬ 'ਚ ਉਹਨੂੰ ਕੋਈ ਰੋਕ ਨਹੀਂ ਸਕਦਾ ਬਹੁਤ ਜਲਦ ਪਟਿਆਲੇ 'ਚ ਪ੍ਰੋਗਰਾਮ ਆਉਣ ਜਾ ਰਿਹਾ ਸਵੇਰੇ 9 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਖ ਵੱਖ ਪ੍ਰੋਗਰਾਮ ਕਰਨਗੇ ਮੇਰੀ ਤੁਹਾਡੇ ਚੈਨਲਾਂ ਅੱਗੇ ਇੱਕ ਬੇਨਤੀ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਵਿਰੋਧ ਹੋ ਰਿਹਾ ਵਿਰੋਧ ਨਹੀਂ ਹੋ ਰਿਹਾ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਬੜੀ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਰਾਸ਼ਟਰਪਤੀ ਸ਼ਾਸਨ ਵੱਲ ਲੈ ਕੇ ਜਾ ਰਹੀ ਹੈ ਵੀ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਜਾਵੇ ਤੁਹਾਡੇ ਚੈਨਲਾਂ 'ਤੇ ਮੇਰੇ ਸਾਰੇ ਹੀ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਦਲਿਤ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਹੈ ਆਪਾਂ ਅੱਜ ਪੰਜਾਬ ਨੂੰ ਬਚਾ ਲਈਏ ਕਿਹੜੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਉਸ ਗੱਲ ਦਾ ਬਹਿ ਕੇ ਜਿੱਥੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਹੋਰ ਕਿਸੇ ਵੀ ਪਾਰਟੀ ਦਾ ਵਿਰੋਧ ਨਹੀਂ ਕਰਨਾ ਸੋ ਇਕੱਲਾ ਹੀ ਵਿਰੋਧ ਸਾਡਾ ਹੋ ਰਿਹਾ ਜਿਹੜਾ ਕੇਜਰੀਵਾਲ ਉੱਤੇ ਗੁਰਦਾਸਪੁਰ ਆ ਕੇ ਗਿਆ ਉਹਦਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ ਪ੍ਰਤਾਪ ਸਿੰਘ ਬਾਜਵਾ ਜੀ ਆਪਦਾ ਐਡਾ ਵੱਡਾ ਪ੍ਰੋਗਰਾਮ ਕਰਦੇ ਨੇ ਗੁਰਦਾਸਪੁਰ 'ਚ ਉਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਮਤਲਬ ਕਹਿਣ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਨੇਰੀ ਆਈ ਹੋਈ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ 100 ਦਿਨ ਦਾ ਪ੍ਰੋਗਰਾਮ ਲੈ ਕੇ ਬਾਹਰ ਨਿਕਲੇ ਹੋਏ ਨੇ ਉਹਨਾਂ ਤੋਂ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਘਬਰਾਈਆਂ ਹੋਈਆਂ ਅੱਜ ਪਟਿਆਲੇ ਸ਼ਹਿਰ ਦੀ ਗੱਲ ਕਰ ਲਈਏ ਕਿਸ ਤਰੀਕੇ ਨਾਲ ਪਟਿਆਲੇ ਸ਼ਹਿਰ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਦਿਨ ਦਾ ਮੈਨੂੰ ਕੈਂਡੀਡੇਟ ਅਨਾਊਂਸ ਕੀਤਾ ਪਿਆਰ ਦੇ ਰਹੇ ਨੇ ਤੁਹਾਡੀਆਂ ਅੱਖਾਂ ਸਾਹਮਣੇ ਧੰਨਵਾਦ।